ਦੇਖੋ ਰਾਹੁਲ ਗਾਂਧੀ ਨੂੰ ਚਿੱਠੀ ਜਿਹੜੀ ਲਿਖ ਹੋ ਗਿਆ ਰਾਹੁਲ ਗਾਂਧੀ ਨੂੰ ਜਿਹੜੀ ਚਿੱਠੀ ਲਿਖਦਾ ਸੀ ਮੈਂ ਦੈਟ ਵਾਸ ਬ੍ਰਿੰਗਿੰਗ ਟੂ ਫੋਰ ਜਿਹੜਾ ਇੱਥੇ ਕੁਛ ਕੋਈ ਮਿਨਿਸਟਰਸ ਜਾਂ ਕਾਂਗਰਸ ਦੇ ਆਦਮੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ ਮੇਰਾ ਅਧਿਕਾਰ ਸੀਗਾ ਟੂ ਇਨਫੋਰਮ ਹਿਮ ਕਿ ਤੁਹਾਡਾ ਕੰਮ ਇੱਥੇ ਗਲਤ ਹੋ ਰਿਹਾ ਵਾ ਜਿਹੜਾ ਤੁਸੀਂ ਮੈਨੂੰ ਦੱਸੋ ਕਿ ਇਹ ਪਹਿਲੀ ਮੇਰੀ ਤਾਂ ਹੋਮ ਕਮਿੰਗ ਆ ਆਈ ਐਮ ਕਮਿੰਗ ਬੈਕ ਟੂ ਮਾਈ ਓਨ ਪੇਰੈਂਟ ਪਾਰਟੀ ਇੱਕ ਮਿੰਟ ਜੀ 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 ਅੰਗਰੇਜ਼ੀ 'ਚ ਨਾ ਇੱਕ ਛੋਟੀ ਜਿਹੀ ਕਹਾਵਤ ਹੈ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ ਠੀਕ ਹੈ ਪੋਲੀਟਿਕਸ ਨਾ ਕਦੀ ਸਟੈਗਨੈਂਟ ਨਹੀਂ ਹੁੰਦੀ ਜੇ ਪਾਣੀ ਇੱਕ ਜਗ੍ਹਾ ਦੇ ਉੱਤੇ ਸਟੈਗਨੈਂਟ ਹੋ ਜੂਗਾ ਨਾ ਉਹ ਬਦਬੂ ਮਾਰਨ ਲੱਗ ਜਾਂਦਾ ਵਾ ਇਟਸ ਵਟ ਆਈ ਵਟ ਸ਼ੁਡ ਆਈ ਸੇ ਕਿ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ ਜਦੋਂ ਵਾਰ ਹੈ ਤਾਂ ਲੜੀ ਦਾ ਡਟ ਕੇ ਤੇ ਜਦੋਂ ਹੁਣ ਹਾਲਾਤ ਠੀਕ ਨੇ ਤੇ ਅਸੀਂ ਸਾਡੀ ਉਹਨਾਂ ਦੇ ਨਾਲ ਤੁਲਕਾ ਚੰਗੇ ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਨਵੀਂ ਪਾਰਟੀ ਬਣਾਈ ਤੁਹਾਡੇ ਤੋਂ ਉਮੀਦਾਂ ਜਤਾ ਰਹੇ ਸੀਗੇ ਦੇਖੋ ਹਾਂ ਅੱਛਾ ਸਵਾਲ ਪੁੱਛਿਆ ਮੇਰੀ ਗੱਲ ਸੁਣੋ ਇੱਕ ਗੱਲ ਅੱਛੀ ਤਰ੍ਹਾਂ ਸਮਝਣਾ ਜ਼ਰਾ ਇਹ ਜਿਹੜਾ ਫੈਸਲਾ ਇਹ ਕੋਈ ਕੱਲ੍ਹ ਪਰਸੋਂ ਇਕਦਮ ਨਹੀਂ ਹੋ ਗਿਆ ਦਿਸ ਇਜ਼ ਟੇਕਨ ਅਸ ਗੁੱਡ 1 ਈਅਰ ਟੂ ਡਿਸਾਈਡ ਇੱਕ ਸਾਲ ਜਿੰਨੇ ਪੰਜਾਬ ਦੇ ਅੱਛੀਆਂ ਧਿਰਾਂ ਸੀ ਜਿਨ੍ਹਾਂ ਨੂੰ ਹੁਣ ਮੈਂ ਉਹਨਾਂ ਦੇ ਨਾਮ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਹਿਤੈਸ਼ੀ ਲੀਡਰ ਸੀ ਸਭ ਨੂੰ ਇਕੱਠੇ ਕਰਕੇ ਮਿੰਨਤਾਂ ਕੱਢ ਕੇ ਇੱਥੇ ਮੇਰੀ ਰਿਹਾਇਸ਼ ਅਤੇ ਚੰਡੀਗੜ੍ਹ ਜਗਦੇਵ ਸਿੰਘ ਕਮਾਲੂ ਖੜ੍ਹੇ ਨੇ ਇਹਨੂੰ ਪੁੱਛੋ ਇਹ ਉਸਦਾ ਇੱਕ ਧੁਰਾ ਬਣ ਕੇ ਇਹਨਾਂ ਨੇ ਸਾਰਿਆਂ ਨੂੰ ਟਾਈਅਪ ਕਰਕੇ ਅਸੀਂ 7 ਤੋਂ 8 ਵਾਰ ਡਿਸਪਾਈਟ ਲੋਕਡਾਊਨ 2020 ਵਿੱਚ ਅਤੇ ਹੁਣ ਤੱਕ ਉਹਨਾਂ ਨੂੰ ਮਿਲਦੇ ਰਹੇ ਅਸੀਂ ਉਹਨਾਂ ਨੂੰ ਬਹੁਤ ਸਮਝਾਇਆ ਕਿ ਪੰਜਾਬ ਦੇ ਲੋਕ ਬਦਲ ਚਾਹੁੰਦੇ ਨੇ ਅਤੇ ਜੇ ਆਪਾਂ ਛੋਟੀਆਂ ਛੋਟੀਆਂ ਪਾਰਟੀਆਂ ਜਿਹੜੀਆਂ ਬਣਾਈਆਂ ਇਹਨਾਂ ਨੂੰ ਭੰਗ ਕਰਕੇ ਆਪਾਂ ਇੱਕ ਥਾਂ ਦੇ ਉੱਤੇ ਇਕੱਠੇ ਹੋ ਜਾਵਾਂਗੇ ਨਾ ਤਾਂ ਲੋਕਾਂ ਦੇ ਵਿੱਚ ਵਿਸ਼ਵਾਸ ਬਣੇਗਾ ਔਰ ਪਾਰਟੀ ਫਿਰ ਵੀ ਨਾ ਬਣਾਇਓ ਆਪਾਂ ਸਾਰੇ ਲਾਇਕ ਚੰਗੇ ਬੰਦਿਆਂ ਨੂੰ ਇੱਕ ਆਵਾਜ਼ ਦਈਏ ਕਿ ਆ ਜਾਓ ਅਸੀਂ ਲੜਨ ਵਾਸਤੇ ਤਿਆਰ ਹਾਂ ਹੁਣ ਤੁਸੀਂ ਦੱਸੋ ਜੇ ਕੋਈ ਮੰਨਿਆ ਹੀ ਨਾ ਅਤੇ ਉੱਧਰਲੇ ਪਾਸਿਓਂ ਇਲੈਕਸ਼ਨਸ ਨੇੜੇ ਨੇ ਮੇਰਾ ਹਲਕਾ ਭਲਾਥਨਾ ਜਿਹੜਾ ਮੇਰੀ ਗੱਲ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਸਾਡੇ 50 ਸਾਲ ਦੇ ਤਲੁਕਾਤ ਰਹੇ ਉੱਥੇ ਲੋਕਾਂ ਨਾਲ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਨੇ ਪਹਿਲੀ ਇਲੈਕਸ਼ਨ 1972 'ਚ ਲੜੀ ਸੀਗੀ ਆਈ ਜਸਟ ਕੈਨੋਟ ਇਗਨੋਰ ਦ ਸੈਂਟੀਮੈਂਟਸ ਮੇਰੇ ਪਿਛਲੇ 2 ਸਾਲਾਂ ਤੋਂ ਪਿੱਛੇ ਪਏ ਹੋਏ ਨੇ ਸਾਰੇ ਮੇਰੇ ਵੋਟਰ ਕੇ ਤੁਹਾਨੂੰ ਵਾਪਸ ਕਾਂਗਰਸ ਵਿੱਚ ਜਾਣਾ ਚਾਹੀਦਾ ਵਾ ਤਾਂ ਕਿ ਉੱਥੇ ਬੀਬੀ ਜਗੀਰ ਕੌਰ ਜਿਹੜੀ ਅੱਜ ਵੀ SGPC ਨੂੰ ਦੇ ਉੱਤੇ ਕਾਬਜ਼ ਹੈਗੀ ਆ ਔਰ ਅਕਾਲੀ ਦਲ ਦੇ ਨਾਲ ਮਿਲ ਕੇ ਜੋ ਬੇਅਦਬੀਆਂ ਦਾ ਸਾਰਾ ਉਹ ਪ੍ਰੋਪੀਗੇਟ ਕਰ ਰਹੇ ਨੇ ਉਹਨਾਂ ਨੂੰ ਡਿਫੀਟ ਕਰਨਾ ਬਹੁਤ ਲਾਜ਼ਮੀ ਆ ਦੇਅਰਫੋਰ ਅਸੀਂ ਸੋਚਣ ਸਮਝਣ ਤੋਂ ਬਾਅਦ ਸਾਰੇ ਐਕਸਪਲੋਰ ਕਰਨ ਤੋਂ ਬਾਅਦ ਪੋਸੀਬਿਲਿਟੀਜ਼ ਇਹ ਕੋਈ ਐਵੇਂ ਇੱਕ ਦਿਨ ਦਾ 2-4 ਦਿਨ ਦੀ ਗੱਲ ਨਹੀਂ ਹੈਗੀ ਇਹ ਉਹ ਸਾਰਾ ਕੁਝ ਸੋਚਣ ਸਮਝਣ ਤੋਂ ਬਾਅਦ ਅਸੀਂ ਇਹ ਫੈਸਲਾ ਲਿਆ ਵਾ ਹੋ ਸਕਦਾ ਕੁਝ ਲੋਕਾਂ ਨੂੰ ਮਾੜਾ ਲੱਗੇ ਮੈਂ ਨਹੀਂ ਕਹਿੰਦਾ ਮੈਂ ਇੱਕ ਬਹੁਤ ਵੱਡਾ ਫਰੌਡ ਆ ਦੂਜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਾਂਝਾ ਖਾਤਾ ਹੈ ਮੁਸ਼ਤਰਕਾ ਖਾਤਾ ਨਹੀਂ ਜ਼ਮੀਨ ਕਿ ਸਾਰੇ ਜਿੱਧਰ ਇੱਧਰ ਛਾਲ ਮਾਰੋ ਇੱਧਰ ਆਓ ਕਿਤੋਂ ਮਰਜ਼ੀ ਵਾਹ ਲਓ ਕਿਤੋਂ ਮਰਜ਼ੀ ਕਰ ਲਓ ਮੁਸ਼ਤਰਕਾ ਖਾਤਾ ਹੈ ਅਤੇ ਸਾਰੇ ਸਹਿਮਤ ਹੈ ਇੱਥੇ ਇਕੱਠੇ ਚੀਜ਼ਾਂ ਵਾਹੁੰਦੇ ਹੈ ਮੈਂ ਤੁਹਾਡੇ ਸਾਹਮਣੇ ਹੈਰਾਨੀ ਦੀ ਗੱਲ ਹੈ ਸੁਖਪਾਲ ਖਹਿਰਾ ਬੜੀ ਕਾਂਗਰਸ ਦੀ ਮਾੜੀ ਪਾਰਟੀ ਹੈ ਕਾਂਗਰਸ ਛੱਡ ਕੇ ਆਮ ਆਦਮੀ ਚਲਾ ਗਿਆ ਫਿਰ ਆਮ ਆਦਮੀ ਨੂੰ ਛੱਡ ਕੇ ਉਹ ਕਹਿੰਦਾ ਮੈਂ ਪੰਜਾਬ ਏਕਤਾ ਪਾਰਟੀ ਫਿਰ MP ਲੜਿਆ ਦੇਖੋ ਐਂਟੀ ਡਿਫੈਕਸ਼ਨ ਲਾਅ ਦੀਆਂ ਧੱਜੀਆਂ ਜੋ ਇਹਨਾਂ ਨੇ ਲਾਈਆਂ ਕੋਈ ਲਾ ਨਹੀਂ ਸਕਦਾ MP ਲੜ ਗਿਆ ਉਹਨੂੰ ਜੇ ਬੰਦਾ ਲੜ ਜਾਂਦਾ ਇੱਕ ਵਾਰ ਬਾਰੇ ਤੁਹਾਨੂੰ ਪ੍ਰੂਫ ਕਰਨ ਦੀ ਲੋੜ ਹੀ ਨਹੀਂ ਉਹਦੇ ਬਾਅਦ ਵਾਪਸ ਕਾਂਗਰਸ ਸੰਦੋਏ ਦੇ ਤਾਂ ਸਪੀਕਰ ਆਪ ਸੀ ਨਾਲ ਜੁਆਇਨ ਕਰਾਉਣ ਵਾਸਤੇ ਆਪ ਸੀ ਹੁਣ ਮਾਸਟਰ ਬਰਦੇਵ ਸਿੰਘ ਵੀ ਅਤੇ ਅੱਜ ਲੰਬਾ ਸਫ਼ਰ ਏਕਤਾ ਪਾਰਟੀ ਕਰ ਕਰਕੇ ਅੱਜ ਜਿੰਨੇ ਕਾਂਗਰਸ ਦੇ ਆਪ ਵਾਲੇ ਹੈ ਸਾਨੂੰ ਐਂ ਨਹੀਂ ਪਤਾ ਲੱਗਦਾ ਕਿ ਇਹ ਆਪੋਜੀਸ਼ਨ ਪਾਰਟੀ ਹੈ ਕਿ ਜੁਆਇੰਟ ਪਾਰਟੀ ਹੈ ਅਜਿਹਾ ਕਿਉਂ ਹੁੰਦਾ ਕਿ 6-7 ਮਹੀਨੇ ਪਹਿਲਾਂ ਹੀ ਸਿਆਸੀ ਲੀਡਰਾਂ ਦੇ ਹਿਰਦੇ ਪਰਿਵਰਤਨ ਹੋਣ ਲੱਗ ਜਾਂਦੇ ਪਹਿਲੀ ਗੱਲ ਤਾਂ ਇਹ ਕਿ ਕਾਂਗਰਸ ਆਪਣਾ 2017 ਦੀ ਇੰਨੀ ਕਰੂਸ਼ਲ ਇਲੈਕਸ਼ਨ ਤੋਂ ਪਹਿਲਾਂ ਉਹ ਪ੍ਰਸ਼ਾਂਤ ਕਿਸ਼ੋਰ ਨੂੰ ਕਿਵੇਂ ਮਿਲਦੇ ਫਿਰਦੇ ਸੀ ਜਦਕਿ ਉਹ ਤਾਂ ਕਾਂਗਰਸ ਵੱਲੋਂ ਕੰਮ ਕਰ ਰਹੇ ਸੀਗੇ ਸੋ ਇਹਦਾ ਮਤਲਬ ਉਹਨਾਂ ਨੇ ਉੱਧਰ ਵੀ ਗੋਟੀਆਂ ਫਿੱਟ ਕੀਤੀਆਂ ਜੇ ਇੱਧਰ ਹੋ ਗਿਆ ਜੇ ਇੱਧਰ ਹੋ ਗਿਆ ਜੇ ਇੱਧਰ ਕੰਮ ਬਣ ਗਿਆ ਇੱਧਰ ਚੱਲ ਜਾਵਾਂਗੇ ਸੋ ਇਹੋ ਜਿਹੇ ਮੇਰੇ ਖਿਆਲ 'ਚ ਆਪਾਂ ਕਾਫੀ ਟਾਈਮ ਲਾ ਤਾ ਇੰਨਾ ਟਾਈਮ ਸੁਖਪਾਲ ਖਹਿਰੇ ਬਾਰੇ ਬੋਲਣਾ ਸਮੇਂ ਦੀ ਬਰਬਾਦੀ ਹੈ ਕੋਈ ਹੋਰ ਮੁੱਦਿਆਂ ਦੀ ਗੱਲ ਕਰ ਸਕਦੇ